ਅਸਲਾਮ ਵਾਲੇਕੁਮ ਪਬਲਿਕ, ਅਤੇ ਹਾਂਜੀ ਵੀ ਸਜਣੋ ਅਤੇ ਬੇਲੀਓ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋਵੋਗੇ ਅਤੇ ਅੱਛਾ ਯਾਰ, ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਜਿਵੇਂ ਕਿ ਲਾਵਾ ਮੰਮੀ ਸੈੱਟ ਪਬਜੀ ਗਲੋਬਲ ਯਾਨੀ ਕਿ ਪਬਜੀ ਮੋਬਾਈਲ ਦੇ ਵਿੱਚ ਵੀ ਆ ਚੁੱਕਿਆ, ਅਤੇ ਤੁਹਾਡੇ ਭਰਾ ਨੇ ਵੀ ਅੱਜ ਸੁਬਹਾ ਜਿਵੇਂ ਗੇਮ ਔਨ ਕੀਤੀ ਹੈ ਅਤੇ ਚੈੱਕ ਕੀਤਾ ਯਾਰ ਕਿ ਵਾਕਈ ਆ ਗਿਆ, ਉਹ ਆਹ ਵਾਕਈ ਆ ਗਿਆ ਹੋਇਆ ਸੀ। ਅਤੇ ਯਾਰ ਜਦੋਂ ਮੈਂ ਇਹਦੇ ਰਿਸੋਰਸਿਸ ਡਾਊਨਲੋਡ 'ਤੇ ਲਾਏ ਨਾ ਤਾਂ ਠੀਕ ਹੈ, ਜਦੋਂ ਬਾਅਦ ਵਿੱਚ ਇਹਨੂੰ ਮੈਂ ਚੈੱਕ ਕੀਤਾ ਯਾਰ, ਥੱਲੇ ਮਾਲ ਪਬਜੀ ਵਾਲਿਆਂ ਨੇ ਇੰਨਾ ਬੜਾ ਦਿੱਤਾ ਹੋਇਆ ਕਿ ਮੁਸ਼ਕਲ ਹੈ ਯਾਰ ਕਿ ਮਤਲਬ ਕਿ ਯਾਰ ਥੋੜ੍ਹੇ ਯੂਸੀਆਂ ਦੇ ਵਿੱਚ ਤਾਂ ਇਹ ਮੰਮੀ ਸੈੱਟ ਨਿਕਲੇ। ਹਾਂ ਬਹਰਹਾਲ, ਜਿੰਦਾ 30 ਯੂਸੀ ਜੀ ਜਾਂ 10 ਯੂਸੀ ਦੇ ਵਿੱਚ ਨਿਕਲਿਆ ਹੋਵੇ, ਉਹ ਕਮੈਂਟ ਬੋਕਸ ਦੇ ਵਿੱਚ ਲਾਜ਼ਮੀ ਕਮੈਂਟ ਕਰੇ ਕਿ ਕਿੰਦਾ ਕਿੰਦਾ ਅੱਜ ਪਹਿਲੇ ਦਿਨ ਦੇ ਵਿੱਚ 30 ਯੂਸੀ ਦੇ ਵਿੱਚ ਜਾਂ 10 ਯੂਸੀ ਦੇ ਵਿੱਚ ਤੁਹਾਡਾ ਮੰਮੀ ਸੈੱਟ ਨਿਕਲਿਆ। ਅਤੇ ਉਸ ਤੋਂ ਬਾਅਦ ਤੁਸੀਂ ਯਾਰ ਲਾਵਾ ਮੰਮੀ ਸੈੱਟ ਦੀ ਗੱਲ ਕਰਨਾ, ਲਾਵਾ ਮੰਮੀ ਸੈੱਟ ਤੁਸੀਂ ਚੈੱਕ ਕਰੋ ਯਾਰ, ਕੀ ਕਮਾਲ ਦਾ ਮੰਮੀ ਸੈੱਟ ਅਤੇ ਇਹਦਾ ਇਮੋਟ, ਉਸ ਤੋਂ ਵੀ ਜ਼ਾਲਮ ਕਿਸਮ ਦਾ ਇਮੋਟ ਹੈਗਾ। ਅਤੇ ਬਹਰਹਾਲ, ਉਸ ਤੋਂ ਪਹਿਲੇ ਜਿਹੜੇ 3 ਮੰਮੀ ਸੈੱਟ ਸੀ, ਵਾਈਟ ਮੰਮੀ ਸੈੱਟ, ਵੰਡਰ ਵਾਈਟ ਸੈੱਟ ਅਤੇ ਉਸ ਤੋਂ ਬਾਅਦ ਸਾਈਕੋਫੇਸ ਸੈੱਟ। ਯਾਰ ਸਾਈਕੋਫੇਸ ਸੈੱਟ ਤਾਂ ਮੇਰੇ ਕੋਲ ਆਲਰੇਡੀ ਹੈਗਾ, ਲੇਕਿਨ ਇਹ ਲਾਵਾ ਜਿਹੜਾ ਮੰਮੀ ਸੈੱਟ ਆਇਆ ਨਾ, ਇਹਦੇ 'ਤੇ ਤੁਹਾਡੇ ਭਰਾ ਦਾ ਦਿਲ ਆ ਗਿਆ। ਬਹੁਤ ਅੱਛਾ ਹੈ ਇਮੋਟ, ਇਹ ਠੀਕ ਹੈ, ਬਹੁਤ ਅੱਛਾ ਮੰਮੀ ਸੈੱਟ ਹੈ। ਅਤੇ ਕੋਸ਼ਿਸ਼ ਕਰਾਂਗੇ ਅਸੀਂ ਵੀ, ਜੇ ਸਾਡੇ ਕੋਲ ਯੂਸੀ ਆਏ ਤਾਂ ਅਸੀਂ ਵੀ ਇਹਨੂੰ ਕੱਢਣ ਦੀ ਜ਼ਰੂਰ ਭਰਪੂਰ ਕੋਸ਼ਿਸ਼ ਕਰਾਂਗੇ। ਅਤੇ ਉਸ ਤੋਂ ਬਾਅਦ ਹੁਣ ਤੁਸੀਂ ਕਮੈਂਟ ਬੋਕਸ ਦੇ ਵਿੱਚ ਲਾਜ਼ਮੀ ਦੱਸਣਾ ਹੈ ਕਿ ਤੁਹਾਨੂੰ ਕਿਹੜਾ ਮੰਮੀ ਸੈੱਟ ਜਿਹੜਾ ਸਭ ਤੋਂ ਜ਼ਿਆਦਾ ਅੱਛਾ ਲੱਗਦਾ ਹੈ, ਅਤੇ ਤੁਸੀਂ ਕਿਹੜਾ ਮੰਮੀ ਸੈੱਟ ਇਸ ਇਵੈਂਟ ਦੇ ਵਿੱਚੋਂ ਕੱਢਣਾ ਚਾਹੋਗੇ। ਅਤੇ ਬਹਰਹਾਲ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਲਾਜ਼ਮੀ ਕਰ ਦਿਓ ਕਿ ਲਾਵਾ ਮੰਮੀ ਸੈੱਟ ਆ ਚੁੱਕਿਆ, ਅਤੇ ਜਿਹਨੇ ਜਿਹਨੇ ਕੱਢਣਾ ਦਸਤੀ ਕੱਢ ਲਵੇ।